ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਜਸ ਪੰਜਾਬੀ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਨੌਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਦਾ ਮੇਰੇ ਕਿਹਾ ਸਵਾਗਤ ਕਰਦਾ ਇਸ ਪ੍ਰੋਗਰਾਮ ਦੇ ਵਿੱਚ ਜਿਹਦਾ ਨਾਂ ਹੈ ਬਿਜ਼ਨਸ ਆਫ ਦ ਵੀਕ। ਜੀ ਹਾਂ, ਇਸ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਕੀਤੀ ਸੀਗੀ ਤੁਹਾਨੂੰ ਦੱਸਣ ਦੇ ਲਈ ਕਿ ਵਰਲਡ ਵਾਈਡ ਵਸਦੇ ਸਾਡੇ ਜਿਹੜੇ ਪੰਜਾਬੀ ਹਨ ਉਹ ਕਰਦੇ ਕੀ ਹਨ। ਅੱਜ ਮੈਂ ਜਿਸ ਕੰਪਨੀ ਦਾ ਸਫ਼ਰ ਕਰਾਂਗਾ, ਇਸ ਕੰਪਨੀ ਨੇ ਵਰਲਡ ਵਾਈਡ ਆਪਣੀ ਮਿਸਾਲ ਕਾਇਮ ਕੀਤੀ ਹੈ। ਇਸ ਕੰਪਨੀ ਦੇ ਵਿੱਚ ਡਾਇਵਰਸਿਟੀ ਵੇਖਣ ਨੂੰ ਮਿਲਦੀ ਹੈ। ਇਹ ਮਿਨੋਰਿਟੀ ਓਨਡ ਬਿਜ਼ਨਸ ਹੈਗਾ। 1989 ਦੇ ਵਿੱਚ ਇਸ ਕੰਪਨੀ ਦੀ ਸ਼ੁਰੂਆਤ ਹੋਈ ਸੀਗੀ। 30 ਸਾਲ ਦਾ ਤਜ਼ੁਰਬਾ ਇਸ ਕੰਪਨੀ ਦੇ ਵਿੱਚ ਕੰਮ ਕਰਦੇ ਹੋਏ ਇੰਪਲੋਈਜ਼ ਨੂੰ ਹੈ। ਜੇਕਰ ਮੈਂ ਗੱਲ ਕਰਾਂ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਦੇ ਵਿੱਚ ਸ਼ਹਿਰ ਮਿਸ਼ੀਗਨ ਦੀ, ਤਾਂ ਮਿਸ਼ੀਗਨ ਦੇ ਵਿੱਚ ਇਹ ਕੰਪਨੀ ਸਿਚੁਏਟਡ ਹੈ। ਔਰ ਇਸ ਕੰਪਨੀ ਦੀ ਜਿਹੜੀ ਸ਼ੁਰੂਆਤ ਹੈ ਉਹ ਚੈਨ ਸਿੰਘ ਸੰਧੂ ਹੋਰਾਂ ਨੇ ਅੱਜ ਤੋਂ 30 ਸਾਲ ਪਹਿਲਾਂ ਕੀਤੀ ਸੀਗੀ। ਔਰ ਜਦ ਮੈਂ ਸੰਧੂ ਫੈਮਿਲੀ ਦੀ ਗੱਲ ਕਰਦਾ ਤਾਂ ਇਹਨਾਂ ਦਾ ਸਿਰਫ ਇੱਕ ਹੀ ਏਮ ਹੈ ਕਿ ਅਸੀਂ ਆਏ ਹੋਏ ਪੰਜਾਬੀਆਂ ਨੂੰ, ਆਏ ਹੋਏ ਵਰਲਡ ਦੇ ਵਿੱਚ ਵਸਦੇ ਕਿਸੇ ਵੀ ਟੈਲੈਂਟ ਨੂੰ ਵਾਪਸ ਨਹੀਂ ਜਾਣ ਦੇਵਾਂਗੇ। ਇੱਕ ਸਮਾਂ ਸੀਗਾ ਜਦ ਏਅਰਪੋਰਟ ਦੇ ਵਿੱਚ ਕੋਈ ਵੀ ਉਤਰਦਾ ਸੀਗਾ ਕੈਂਟਨ ਮਿਸ਼ੀਗਨ ਦੇ ਵਿੱਚ, ਡੈਟਰੋਇਟ ਏਅਰਪੋਰਟ ਦੇ ਵਿੱਚ, ਤਾਂ ਅਗਰ ਉਹਨੂੰ ਜੋਬ ਚਾਹੀਦੀ ਹੁੰਦੀ ਸੀਗੀ ਤਾਂ ਉਹ ਸਿੱਧਾ NYX ਦਾ ਦਰਵਾਜ਼ਾ ਖਟਖਟਾਉਂਦਾ ਸੀਗਾ। ਅੱਜ ਉਹਦਾ ਟੈਲੈਂਟ ਜਿਹੜਾ ਹੈ ਉਹ NYX ਕੰਪਨੀ ਨਰਚਰ ਕਰ ਰਹੀ ਹੈ। ਇਹਦੇ ਨਾਲ ਇਸ ਕੰਪਨੀ ਦੇ ਵਿੱਚ ਤੁਹਾਨੂੰ ਡਾਇਵਰਸਿਟੀ ਤੋਂ ਇਲਾਵਾ ਤੁਹਾਨੂੰ ਬਹੁਤ ਕੁਛ ਵੱਖਰਾ ਵੇਖਣ ਨੂੰ ਮਿਲੇਗਾ। ਇੱਥੇ ਜੋ ਵੀ ਕੰਮ ਕਰਦਾ ਉਹ ਇਹੀ ਕਹਿੰਦਾ ਕਿ ਮੈਂ ਖੁਸ਼ ਹਾਂ, ਔਰ ਮੈਂ ਥੈਂਕ ਯੂ ਕਰਨਾ ਚਾਹੁੰਦਾ ਸੰਧੂ ਫੈਮਿਲੀ ਦਾ, ਔਰ ਮੈਂ ਥੈਂਕ ਯੂ ਕਰਨਾ ਚਾਹੁੰਦਾ ਸਾਡੇ CEO ਜੇ ਸੰਧੂ ਦਾ, ਜਿਨ੍ਹਾਂ ਨੇ ਸਾਨੂੰ ਮੋਟੀਵੇਟ ਕੀਤਾ। ਔਰ ਅੱਜ ਉਹਨਾਂ ਦੀ ਮੋਟੀਵੇਸ਼ਨ ਸਾਡੇ ਅੰਦਰ ਇਸ ਤਰੀਕੇ ਦੀ ਡੈਡੀਕੇਸ਼ਨ ਲੈ ਕੇ ਆਈ ਹੈ ਕਿ ਅਸੀਂ ਅਗਰ ਕੰਮ ਕਰਾਂਗੇ ਤਾਂ ਸਿਰਫ NYX ਲਈ। NYX ਕੰਪਨੀ ਜਿਹੜੀ ਹੈ ਉਹ ਆਟੋਮੋਟਿਵ ਇੰਡਸਟਰੀ ਦੇ ਵਿੱਚ ਬਹੁਤ ਹੀ ਜ਼ਿਆਦਾ ਪ੍ਰੋਗਰੈਸਿਵ ਹੋ ਰਹੀ ਹੈ। ਔਰ ਗੱਡੀ ਦੇ ਵਿੱਚ ਜਿਹੜੇ ਤੁਸੀਂ ਇੰਟੀਰੀਅਰ ਵੇਖਦੇ ਹੋ ਇਹ ਸਾਰਾ ਕੁਝ ਇਹੀ ਪ੍ਰੋਡਿਊਸ ਕਰਦੀ ਹੈ। ਔਰ NYX ਕੰਪਨੀ ਦੇ ਵਿੱਚ ਜਿਹੜੇ ਇੰਪਲੋਈਜ਼ ਹਨ ਉਹ ਕੀ ਸੋਚਦੇ ਹਨ? ਅਗਰ ਮੈਂ ਹਿਊਮਨ ਰਿਸੋਰਸ ਡਿਪਾਰਟਮੈਂਟ ਦੀ ਗੱਲ ਕਰਾਂ ਤਾਂ ਉਹਨਾਂ ਦੇ ਜਿਹੜੇ ਹੈੱਡ ਨੇ ਉਹ ਕੀ ਸੋਚਦੇ ਹਨ? ਸੇਲਸ ਡਿਪਾਰਟਮੈਂਟ ਦੀ ਗੱਲ ਕਰਾਂ ਉਹ ਕੀ ਸੋਚਦੇ ਹਨ? ਪਲਾਂਟ ਮੈਨੇਜਰਸ ਦੀ ਗੱਲ ਕਰਾਂ ਉਹ ਕੀ ਸੋਚਦੇ ਹਨ? ਅਤੇ ਜਿਹੜੇ ਹੋਰ ਵੱਖ ਵੱਖ ਇੱਥੇ ਫਾਈਨੈਂਸ ਕੰਟਰੋਲਰ ਹਨ ਉਹ ਕੀ ਸੋਚਦੇ ਹਨ? ਅੱਜ ਸਾਰਿਆਂ ਨਾਲ ਤੁਹਾਨੂੰ ਮਿਲਵਾਵਾਂਗੇ। ਔਰ ਸਾਰੇ CEO ਜਿਹੜੇ ਕੰਪਨੀ ਦੇ ਨੇ ਜੇ ਸੰਧੂ, ਉਹਨਾਂ ਬਾਰੇ ਕੀ ਦੱਸਦੇ ਹਨ? ਅੱਜ ਇਸ ਪ੍ਰੋਗਰਾਮ ਦੇ ਤਹਿਤ ਜਾਣਨ ਦੀ ਕੋਸ਼ਿਸ਼ ਕਰਾਂਗੇ ਕੀ ਹੈ NYX ਕੰਪਨੀ ਦਾ ਪ੍ਰੋਗਰੈਸਿਵ ਹੋਣ ਦਾ ਰਾਜ, ਔਰ ਜੇ ਸੰਧੂ ਜੋ ਇਸ ਕੰਪਨੀ ਦੇ CEO ਨੇ ਉਹ ਕਿਵੇਂ ਕਰ ਰਹੇ ਹਨ ਪੰਜਾਬੀਆਂ ਦੇ ਵਿੱਚ ਔਰ ਵੱਖ ਵੱਖ ਕਮਿਊਨਿਟੀਆਂ ਦੇ ਵਿੱਚ ਮਿਸਾਲ ਕਾਇਮ। ਆਓ ਕਰਦੇ ਹਾਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਜਿਹਦਾ ਨਾਂ ਹੈ ਬਿਜ਼ਨਸ ਆਫ ਦ ਵੀਕ। ਸਤਿ ਸ਼੍ਰੀ ਅਕਾਲ ਐਂਡ ਹੈਲੋ ਟੂ ਆਲ ਦ ਵਿਊਅਰਸ। ਮੇਰਾ ਨਾਮ ਗੁਰਜੀਤ ਇੰਦਰ ਸਿੰਘ ਜੱਸਰ। ਮੈਨੂੰ NYX ਵਿੱਚ ਕੰਮ ਕਰਦੇ 11 ਸਾਲ ਹੋ ਚੁੱਕੇ ਨੇ। ਆਈ ਸਟਾਰਟਿਡ ਹੇਅਰ ਐਜ਼ ਐਨ ਆਟੋਮੇਸ਼ਨ ਟੈਕ ਸਟੇਟ ਆਊਟ ਆਫ ਕਾਲਜ। ਆਈ ਹੈਡ ਦੀ ਓਪਰਚੁਨਿਟੀ ਟੂ ਗਰੋ ਵਿਦ ਇਨ ਦ ਕੰਪਨੀ, ਪਲੇ ਡਿਫਰੈਂਟ ਰੋਲਸ, ਐਂਡ ਹੁਣ ਮੈਂ ਲਿਵੋਨੀਆ ਮੋਲਡਿੰਗ ਦਾ ਪਲਾਂਟ ਮੈਨੇਜਰ ਹੈਗਾ। NYX ਇੱਕ ਜਿਹੜਾ ਪਰਿਵਾਰ ਹੈਗਾ ਇਹਦੇ 'ਚ ਗਰੋਥ ਦੀ ਅਤੇ ਲੋਂਜੀਟਿਵਿਟੀ ਦੀ ਜਿਹੜੀ ਓਪਰਚੁਨਿਟੀ ਸਾਨੂੰ ਮਿਲਦੀਆਂ ਨੇ ਵਿਚ ਇਜ਼ ਵੈਰੀ ਯੂਨੀਕ ਇਨ ਟੂਡੇਜ਼ ਵਰਲਡ। ਆਪਣੇ ਪੰਜਾਬੀ ਦੂਜੇ ਵਿਰਸੇ ਦੇ ਲੋਕ ਜਿਹੜੇ ਇੱਥੇ ਆਉਂਦੇ ਨੇ ਤਰ੍ਹਾਂ ਤਰ੍ਹਾਂ ਜੋਬਾਂ ਲੱਭਦੇ ਨੇ, ਕੋਸ਼ਿਸ਼ ਕਰਦੇ ਨੇ ਆਪਣਾ ਪਰਿਵਾਰ ਆਪਣੇ ਆਪ ਨੂੰ ਵਧਾਉਣ, ਐਂਡ ਉਹ ਸਭ ਬਿਲਕੁਲ ਜਾਇਜ਼ ਹੈ, ਬਹੁਤ ਵਧੀਆ ਹੈ। NYX ਵਿੱਚ ਆ ਕੇ ਸਾਨੂੰ ਜਿਹੜੀਆਂ ਓਪਰਚੁਨਿਟੀਜ਼ ਮਿਲੀਆਂ ਨੇ, ਵੀ ਨੋਟ ਓਨਲੀ ਬੀ ਏਬਲ ਟੂ ਗਰੋ ਆਰ ਸੈਲਵਸ ਬਟ ਵੀ ਆਰ ਏਬਲ ਟੂ ਗਰੋ ਅਦਰ ਸੋਸਾਇਟੀ ਮੈਂਬਰਸ ਐਜ਼ ਅ ਹੋਲ ਐਜ਼ ਵੈਲ। ਐਜ਼ ਯੂ ਵਾਕ ਅਰਾਊਂਡ NYX ਯੂ ਵਿਲ ਸੀ ਆਲ ਦ ਡਿਫਰੈਂਟ ਕਲਚਰਸ, ਆਲ ਦ ਡਿਫਰੈਂਟ ਸੋਸਾਇਟੀਜ਼ ਕਮ ਟੁਗੈਦਰ ਇਨ ਅ ਫੈਮਿਲੀਅਲ ਐਂਡ ਅ ਹਾਰਮੋਨੀਅਸ ਵੇ ਦੈਟ ਇਜ਼ ਵੈਰੀ ਯੂਨੀਕ। ਅਗਰ ਮੈਂ ਆਪਣੇ ਵੱਲੋਂ 2 ਲਾਈਨਾਂ ਕਹਾਂ NYX ਦੇ ਬਾਰੇ 'ਚ, ਇਟ ਇਜ਼ ਦੈਟ ਇਟਸ ਅ ਵੈਲਕਮਿੰਗ ਹੋਮ ਫੋਰ ਐਵਰੀ ਵਨ, ਐਂਡ ਪਾਰਟ ਆਫ ਦ ਸਕਸੈਸ ਹੀਅਰ ਇਜ਼ ਹਾਓ ਯੂ ਬਿਕਮ ਅ ਪਾਰਟ ਆਫ ਦ ਫੈਮਿਲੀ ਐਂਡ ਕੰਟਰੀਬਿਊਟ ਦ ਫੈਮਿਲੀ ਅ ਲਿਟਲ ਬਿਟ ਮੋਰ ਦੈਨ ਯੂ ਵਿਲ ਡੂ ਐਲਸਵੇਅਰ, ਰਾਈਟ? ਆਪਣੇ ਹਾਰਡ ਵਰਕ ਨਾਲ, ਆਪਣੀ ਮਿਹਨਤ ਨਾਲ ਤੁਸੀਂ ਇੱਥੇ ਸਕਸੈਸਫੁਲ ਤਾਂ ਜ਼ਰੂਰ ਹੋਵੋਗੇ, ਪਰ ਇੱਥੇ ਦੀ ਜਿਹੜੀ ਤੁਹਾਨੂੰ ਪੀਸ ਆਫ ਮਾਇੰਡ ਜਿਹੜਾ ਇੱਥੇ ਕੰਮ ਕਰਕੇ ਮਿਲਦਾ ਹੈ, ਆਈ ਥਿੰਕ ਦੈਟਸ ਹਾਰਡਰ ਟੂ ਫਾਇੰਡ ਇਨ ਅਦਰ ਵਰਕ ਇਨਵਾਇਰਮੈਂਟਸ ਦੈਟ ਵੀ ਲੁੱਕ ਫੋਰ ਟਿਪੀਕਲੀ ਕਮਿੰਗ ਫਰੋਮ ਐਨ ਆਊਟਸਾਈਡ ਕੰਟਰੀ। ਆਈ ਹੈਵ ਨੋਨ ਜੇ ਪਰਸਨਲੀ ਓਵਰ ਦ ਲਾਸਟ 10 ਈਅਰਸ। ਜਿੱਥੇ ਮੈਂ ਪਹਿਲਾਂ ਛੋਟਾ ਟੈਕ ਹੁੰਦਾ ਸੀ ਉਹ ਆ ਕੇ ਸਾਨੂੰ ਮਿਲਦੇ ਹੁੰਦੇ ਸੀ। ਸ਼ੁਰੂ 'ਚ ਸਾਨੂੰ ਹੁੰਦਾ ਸੀ ਕਿ ਜੇ ਆਏ ਨੇ, ਬਟ ਆਲਵੇਜ਼ ਵੈਨ ਐਵਰ ਹੀ ਕੇਮ ਡਾਊਨ ਹਿਜ਼ ਫੋਕਸ ਵਾਜ਼ ਔਨ ਦ ਪੀਪਲ, ਐਂਡ
ਕਿਹਨੂੰ ਆ ਕੇ ਮਿਲਣਾ, ਕੋਈ ਬਜ਼ੁਰਗ ਹੈ, ਕੋਈ ਨਵਾਂ ਬੰਦਾ ਹੈ, ਉਹਨਾਂ ਨਾਲ ਆ ਕੇ ਟਾਈਮ ਸਪੈਂਡ ਕਰਨਾ, ਉਹਨਾਂ ਨੂੰ ਉਹਨਾਂ ਤੋਂ ਦੀਆਂ ਨਿੱਜੀ ਪ੍ਰੋਬਲਮਸ ਦੇ ਬਾਰੇ 'ਚ ਪੁੱਛਣਾ ਕਿ ਉਹ ਹੈਲਪ ਕਰ ਸਕਦੇ ਨੇ। ਉਹ ਉਹਨਾਂ ਦਾ ਉਸ ਦਿਨ ਵੀ ਰਿਹਾ ਸੀ ਜਦ ਉਹ ਕੰਪਨੀ 'ਚ 8 ਘੰਟੇ ਪਲਾਂਟ 'ਚ ਰਹਿੰਦੇ ਸੀ, ਅਤੇ ਅੱਜ ਵੀ ਹੈਗਾ ਜਦ ਉਹ ਜਦ ਵੀ ਪਲਾਂਟ 'ਚ ਆਉਂਦੇ ਨੇ, ਉਹਨਾਂ ਦਾ ਆਹੀ ਹੁੰਦਾ ਹੈ ਪੁੱਛਣਾ ਕਿ ਵਟ ਕੈਨ ਆਈ ਡੂ ਫੋਰ ਯੂ ਔਨ ਅ ਪਰਸਨਲ ਲੈਵਲ ਟੂ ਹੈਲਪ ਯੂ ਆਊਟ, ਐਂਡ ਦੈਟ ਇਜ਼ ਅ ਟ੍ਰੇਟ ਆਫ ਦ ਫੈਮਿਲੀ, ਐਂਡ ਦੈਟ ਇਜ਼ ਵਟ ਕੀਪਸ ਅਸ ਹੇਅਰ ਐਂਡ ਕੀਪਸ ਅਸ ਲੁਕਿੰਗ ਫੋਰਵਰਡ ਟੂ ਹਿਸ ਨੈਕਸਟ ਵਿਜ਼ਿਟ। Andy Sandhu and I, we've known each other on and off, working in similar roles over the last 8 to 10 years. With Andy, you will not find a more committed and hardworking individual, right? He knows what the end goal needs to be, aapan kithe pahunchna hai, and then he spends all the hard work and his intelligence on how to get there the right way the first time and sustain it there. So he's absolutely an asset to the company, and as he grows, there are brighter things for him in the company, and of course the company benefits from employees like Andy. Hi, my name is Nirveer Sandhu. I'm an operations manager here at NYX. I joined 2 years ago after completing my bachelor's in business at the University of Michigan, but in truth I've grown up in these plants and with spending a lot of time with my grandfather and my father, and just really learning the business throughout my childhood, and it's been a really rewarding experience for me personally, and also I think our entire workforce is our family atmosphere. I can remember growing up and seeing some of these employees that are also being interviewed here today, Andy and Gurjeet, working as young men, and now they're grown to be executives, and just their growth has been tremendous, and our growth as a company has been tremendous, and it's just a great thing to see and be a part of. Hi, ਮੇਰਾ ਨਾਮ ਐਂਡੀ ਸੰਧੂ। ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਪਿਆਰੀ ਸਤਿ ਸ਼੍ਰੀ ਅਕਾਲ। ਇਫ US ਇਜ਼ ਲੈਂਡ ਆਫ ਓਪਰਚੁਨਿਟੀ, ਆਈ ਹੈਵ ਸੀਨ ਇਟ ਇਨ ਐਕਸ਼ਨ ਹੇਅਰ ਐਟ NYX। ਮੈਂ NYX ਦੇ ਵਿੱਚ ਪਿਛਲੇ 15 ਸਾਲਾਂ ਤੋਂ ਕੰਮ ਕਰ ਰਿਹਾ। ਮੈਂ NYX ਦੇ ਵਿੱਚ ਕੰਮ ਸ਼ੁਰੂ ਕੀਤਾ ਸੀ ਐਜ਼ ਐਨ ਆਪਰੇਟਰ ਰਾਈਟ ਆਊਟ ਆਫ ਹਾਈ ਸਕੂਲ, ਐਂਡ ਸਿੰਸ ਦੈਨ ਆਈ ਹੈਵ ਵਰਕਡ ਐਜ਼ ਅ ਪ੍ਰੋਡਕਸ਼ਨ ਮੈਨੇਜਰ, ਐਜ਼ ਐਨ ਆਪਰੇਸ਼ਨਸ ਮੈਨੇਜਰ, ਐਂਡ ਫੋਰ ਲਾਸਟ 8 years ਆਈ ਬਿਨ ਵਰਕਿੰਗ ਐਜ਼ ਅ ਪਲਾਂਟ ਮੈਨੇਜਰ। ਮੇਰੀ ਮੇਨ ਰਿਸਪੋਂਸਿਬਿਲਿਟੀਜ਼ ਐਜ਼ ਅ ਪਲਾਂਟ ਮੈਨੇਜਰ ਆਰ ਪ੍ਰੋਫਿਟ ਐਂਡ ਲਾਸ, ਓਵਰਆਲ ਲੇਬਰ ਐਂਡ ਰੀਸੋਰਸ ਮੈਨੇਜਮੈਂਟ, ਐਂਡ ਓਪਰੇਸ਼ਨਲ ਐਕਸਲੈਂਸ। ਮੈਂ ਇੱਕ ਚੀਜ਼ ਸਾਰਿਆਂ ਨੂੰ ਦੱਸਣਾ ਚਾਹੁੰਦਾ NYX ਬਾਰੇ। NYX ਬੜੀ ਹੀ ਯੂਨੀਕ ਕੰਪਨੀ ਹੈ। ਆਲਮੋਸਟ 3200 ਇੰਪਲੋਈਜ਼ ਨੇ, ਬਟ ਬਹੁਤ ਬਹੁਤ ਜ਼ਿਆਦਾ ਫੈਮਿਲੀ ਐਟਮੋਸਫੇਅਰ ਨੂੰ ਐਮਫੋਸਿਸ ਦਿੱਤਾ ਜਾਂਦਾ NYX ਦੇ ਵਿੱਚ। NYX ਨੂੰ ਸਰਦਾਰ ਚੇਨ ਸਿੰਘ ਸੰਧੂ ਨੇ 1989 ਦੇ ਵਿੱਚ ਪਰਚੇਸ ਕੀਤਾ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਸਾਰੀ ਫੈਮਿਲੀ, ਚੇਨ ਸਿੰਘ ਜਿਹੜੇ ਸਾਡੇ ਚੇਅਰਮੈਨ ਨੇ, ਜਤਿੰਦਰ ਬੀਰ ਸੰਧੂ, ਜੇ ਸੰਧੂ ਜੋ ਸਾਡੇ CEO ਨੇ, ਉਹ ਸਾਰੇ ਜਾਣੇ ਉਦੋਂ ਤੋਂ ਲੈ ਕੇ ਹੁਣ ਤੱਕ ਫੈਮਿਲੀ ਐਟਮੋਸਫੇਅਰ ਨੂੰ ਬਹੁਤ ਜ਼ਿਆਦਾ ਐਮਫੋਸਾਈਜ਼ ਅਤੇ ਫੋਕਸ ਕਰਦੇ ਨੇ। ਅੱਜ ਵੀ ਜਦੋਂ ਉਹ ਪਲਾਂਟ 'ਚ ਆਉਂਦੇ ਨੇ, ਦੇ ਗੋ ਟੂ ਦਾ ਫਲੋਰ, ਦੇ ਟਾਕ ਟੂ everyone, ਦੇ ਨੋ everybody ਬਾਏ ਦੇਅਰ ਫਸਟ ਨੇਮ ਬੇਸਿਸ, ਵਿਚ ਇਜ਼ ਵੈਰੀ ਇੰਪੋਰਟੈਂਟ। That has shown me how important it is to focus on relationships and developing network with everybody around you. Unhone shuru to hi ek cheez te emphasize kita bhi har kise nu help karo, support karo, not only professionally but at a personal level as well. Oh cheez shuru to leke hun tak mere dimag vich bahut zyada kar kar gayi hai. Main har avenue of life, personal and professional, I pay attention to that, that we need to focus on developing and building relationships, that it's not, life is too short to ignore those things. We need to make sure that we are focusing on people, we're focusing on how do we develop people, we need to focus on how we develop our own selves and focus on the betterment of the community as a whole. So main saare nu ehi dassna chahna ha bhi je tusi job ਅਤੇ ਓਪਰਚੁਨਿਟੀ ਚਾਹੁੰਦੇ ਹੋ, NYX ਡੋਰਸ ਆਰ ਓਪਨ, ਯੂ ਆਰ ਮੋਰ ਦੈਨ ਵੈਲਕਮ ਟੂ ਕਮ ਐਂਡ ਜੁਆਇਨ ਅਸ। ਅਗੇਨ ਐਜ਼ ਆਈ ਮੈਂਸ਼ਨਡ, ਇਫ US ਇਜ਼ ਲੈਂਡ ਆਫ ਓਪਰਚੁਨਿਟੀ, ਆਈ ਹੈਵ ਸੀਨ ਇਟ ਲਾਈਵ ਇਨ ਐਕਸ਼ਨ ਹੇਅਰ ਐਟ NYX, ਐਂਡ ਆਰ ਟੀਮ ਓਵਰ ਹੇਅਰ, ਆਰ ਐਗਜ਼ੈਕਟਿਵ ਟੀਮ, ਆਰ CEO ਜੇ ਸੈਂਡੂ, ਹੀ ਫੋਕਸਿਸ ਔਨ ਦੈਟ ਡੇ ਇਨ ਡੇ ਆਊਟ। ਥੈਂਕ ਯੂ। So now we have Director of Human Resources, Junine Leipel, and we welcome her on our show Business of the Week. First, a very layman questions, don't worry about it. So how's your experience so far in NYX? I can honestly say that I had no background in manufacturing when I moved to Michigan,
NYX has been not just a job, but a home for me. It's where I would be comfortable working. I would be happy bringing my family here to work with us as well. Very nice. So how is your experience so far with your CEO, Mr. Sandhu? Mr. Sandhu has led us and taught us how to be the people and the employees that we are today. He has grown us from very young people when we came to NYX, given us opportunities to learn, to grow, to sometimes make mistakes, but to learn from those mistakes. And it's through that experience that we all feel so connected with NYX. So as a director of human resources, the three things which you want from your employee to get hired in NYX? The three things we're looking for are a good attitude. That is, I can do it, I will try, and let's do this together. In addition to a good attitude, we look for aptitude or the ability to learn. When you have the ability to learn and you come in, we can teach you anything you want to know. If you want to change your job here, we can help you do that as well. The last thing I look for is a good heart, is a good person. We're building an NYX family. The people that we hire are the people that we spend a lot of time together with. I want to make sure that there's someone who comes in with a good heart that will be kind and respectful to everyone around them. So to motivate our young kids, what message you want to deliver to them? To pick a profession that inspires you. I know not every passion is the thing that will make you a good salary, but when you pick a position or you pick a profession, go at it and give it your whole heart. Be a professional about it. Human resources wasn't the first thing that I thought of doing in my career, but after giving it a good try and saying I can and I will, I have learned to really enjoy it, and it's easily one of the things that I'm happy that my career has taken a good different turns, and this has been a nice one. So last question, who can apply in NYX? Everyone can apply. It doesn't matter your gender, your age, your background, or your abilities to speak or do anything in English. We are here to teach you, we are here to help you, and we can translate into over 40 languages, which is a really good accomplishment for us. Thank you very much. I must appreciate your time. Thank you so much. Thank you so much. In sales, it's all about selling yourself. So for to work in sales, the main thing that we do is pursue new business. And the only way to do that and to connect with people is to, you know, be truthful and be honest and open with what you're able to bring. They sell this wonderful company that we have here. So our culture, our expertise, and that's the main thing we bring. So that's an easy one for me. I consider Jay one of my good friends. Jay took me in, this company took me in 2002, and I started as a quality engineer, and over time, whatever it is, 16, 17 years later, now VP of sales. My entire experience with the company as a whole, with management, the family, amazing. Number one, you have to be willing to work. You have to be willing to put in work because we work with multiple customers and everyone wants something different. Number two, you have to have an open personality. You can't sit back and hope sales comes to you. You got to go pursue it. You have to be, you know, in the details. So you have to be flexible. The third one is you got to be really detailed because everything we do 2 to 3 years in advance of pursuing a sale will affect us for 5 or 6, 7 years down the road. So it's we're not talking about selling one thing here and there. We're talking about selling, you know, $10-20 million per year of business. And if we get stuck with some bad business at $10 million a year for the next, you know, 5-6 years because of something we did or something we missed because we weren't in the details, then it's, you know, we have some problems, right? So I have Dan from the finance department, and he's working here from 2001. So Dan, we welcome you on our show, Business of the Week. Good afternoon. Good afternoon. I would like to know about your journey so far with NYX. It's been a great journey. I started in 2001. I began as the Director of Human Resources. I started right after law school. I was promoted to Vice President of Human Resources.
Then I took on legal affairs. I was vice president of legal affairs as well as HR, and promoted to CFO. Went back to business school, which the family and the company sent me to. After that, I became the CFO and executive vice president about 5 years ago now. When we talk about Sandhu family, when we talk about the CEO of the company, so how's your experience so far with them? You know, I think you're lucky in life if you can find mentors. It's one of the key ingredients to successful outcomes in life. And I was very fortunate at a young age in my formative years to come across both Jay and Chain. You know, Chain is the epitome of an entrepreneur. He's got a great business mind, incredible business acumen, great instincts. He's a man of integrity, and he has just a sincerity about him that's contagious. And I've learned a lot through the years working with him and making decisions with him and being involved in major decision-making processes that have happened at this company. And as Jay stepped into his leadership role, I was fortunate to work under his guidance as well. And between the both of them, I consider myself extremely fortunate to have two great mentors in life. Dan, when we talk about the finance, so what kind of responsibilities you have right now and future growth of NYX? We think it's very important to stay focused on the four C's. And for us, that's culture, cash, customer, and current state versus future state. So by that, you know, I think the culture is pretty self-explanatory. It comes down to who we are, how we operate, and the talent that we need to drive our success. The customer is pretty self-explanatory too. We need a solid foundation of future revenue, and we need the relationships with our customers and need to continue to deliver value to them so that those customer relationships bear future revenue. So hun mere naal maujood ne Vijay K, he is the president of NYX, and the best thing about NYX is diversity, and Vijay K handling all the operations, handling all other important you can say a part of the companies. So hun unna naal gal karde hain ki unna da experience kivein reha and kivein feel karde ne ho NYX de vich kam karke. So we welcome you Mr. Vijay K on our show Business of the Week. I would like to know about your journey so far. First of all, Sat Sri Akal. And our journey at NYX began 1993, right out of college. I went, you know, to Eastern Michigan University. I joined as an intern, you know, in 93 summer. And since then, the journey is amazing. You know, growth of the, you know, company, people, you can see that's the most enjoyable fact is that, you know, you grow along with the company and you see the growth of other team along with you, you know, family. That's, you know, really great. तो सबसे अच्छा जो फैक्टर हमें अभी तक NYX में देखने को मिल रहा है वो है डाइवर्सिटी. सो उस डाइवर्सिटी के अंदर अगर हम बात करें तो क्या क्या यहाँ पर देखने को मिलता है और आपका एक्सपीरियंस कैसा रहा? बहुत कुछ कंट्री से यू नो काम के लिए आते हैं. इंडिया, पाकिस्तान, बांग्लादेश, यमन, मिडल ईस्ट, यू नो लोग भी रशिया से, अल्बेनिया से, यू नो बहुत सारा देश से आते हैं. अलग अलग रिलीजन के हैं, यू नो अलग कल्चर का है, लेकिन NYX में आने के बाद सब एक ही है. NYX कल्चर है, NYX रिलीजन है, यू नो सब एक फैमिली जैसे होता है. सो हाउ इज़ योर एक्सपीरियंस विद मिस्टर संधु सो फार? इट्स बीन मोर देन 26 इयर्स दैट आई मेट मिस्टर संधु फर्स्ट टाइम. यू नो आई स्टिल रिमेंबर द डे. यू नो he's what we are right now. The company has grown. It's his vision. You know, he set the culture and our values, you know, instilled in all our you know people, that you know that continues on, you know, now to be able to get to where we are.
And as a person, I can tell he values people more than, you know, money any day. He never put money first, always people first. So as a president of NYX, maybe you have lots of obstacles and maybe, you know, lots of things from 93 till 2019 came in between. But now you are a president of NYX. So I just want to know how you can, you know, motivate our young generation to be at such level. The suggestion I can give is any field that you choose to go in, you need to have put your complete mind and effort into it. Nowadays, there's a lot of options, a lot of fields to choose. So there's a lot of confusion, but you have to choose your field and put all your efforts in that one, and be good at it, whatever you do. Any message for our viewers? Any message for the employees, those who are watching you right now? NYX is a very unique place, and any employees that work here, they can tell it's feel at home. It doesn't matter what culture, race, religion. It's a very diversified and well-liked environment, at NYX. We welcome you, any, people who are interested. We have exciting, careers, opportunities, here, for growth. And the company is growing, and we want the people to join us and be part of their journey. So, ਹੁਣ ਮੇਰੇ ਨਾਲ ਮੌਜੂਦ ਨੇ ਪਰਨੀਤ ਸੰਧੂ ਜੋ ਕਿ ਕਾਫੀ ਲੰਬੇ ਸਮੇਂ ਤੋਂ ਇਸ ਕੰਪਨੀ ਨਾਲ ਜੁੜੇ ਹੋਏ ਉਹਨਾਂ ਦਾ ਐਕਸਪੀਰੀਅੰਸ ਵੀ ਬਹੁਤ ਹੀ ਵਧੀਆ ਰਿਹਾ ਔਰ ਅੱਜ ਪਰਨੀਤ ਵੀ ਇਸ ਕੰਪਨੀ ਦੇ ਵਿੱਚ ਕੰਮ ਕਰਕੇ ਫੀਲ ਕਰਦੇ ਹਨ ਕਿ ਉਹਨਾਂ ਨੇ ਗਰੋ ਕੀਤਾ ਐਂਡ ਡੈਫੀਨੇਟਲੀ ਉਹ ਐਚ ਆਰ ਡਿਪਾਰਟਮੈਂਟ ਨੂੰ ਸੰਭਾਲਦੇ ਹਨ ਅਕਾਊਂਟਸ ਡਿਪਾਰਟਮੈਂਟ ਨੂੰ ਸੰਭਾਲਦੇ ਹਨ ਅਤੇ ਬਹੁਤ ਸਾਰੀ ਜ਼ਿੰਮੇਵਾਰੀ ਪਰਨੀਤ ਦੇ ਕੰਧਿਆਂ ਦੇ ਉੱਤੇ ਵੀ ਹੈਗੀ ਹੈ ਸੋ ਉਹਨਾਂ ਦਾ ਸਫ਼ਰ ਜਾਣਦੇ ਹਾਂ ਕਿਸ ਤਰੀਕੇ ਦਾ ਰਿਹਾ ਸੋ ਆਈ ਹੈਵ ਪਰਨੀਤ ਸੰਧੂ ਵਿਦ ਮੀ ਪਰਨੀਤ ਫੀਲਿੰਗ ਗੁੱਡ ਯੈਸ ਫੀਲਿੰਗ ਸਤਿ ਸ਼੍ਰੀ ਅਕਾਲ ਸੋ ਕਿਵੇਂ ਰਿਹਾ ਤੁਹਾਡਾ ਐਕਸਪੀਰੀਅੰਸ ਐਨ ਵਾਈ ਐਕਸ ਦੇ ਵਿੱਚ ਮੈਂ ਐਨ ਵਾਈ ਐਕਸ 2006 ਜੁਆਇਨ ਕੀਤਾ ਸੀਗਾ ਫਰੰਟ ਡੈਸਕ ਤੇ ਉਦੋਂ ਮੈਂ ਫਰੈਸ਼ਮੈਨ ਸੀ ਕਾਲਜ ਅੰਡਰਗ੍ਰੈਡ ਕਰ ਰਹੀ ਸੀ ਅਤੇ ਮੈਨੂੰ ਇੱਥੇ ਓਪਰਚੁਨਿਟੀ ਮਿਲੀ ਕੰਮ ਦੇ ਨਾਲ ਸਕੂਲ ਦੇ ਨਾਲ ਨਾਲ ਕੰਮ ਕਰਨ ਦੀ ਅਤੇ ਆਫਟਰ 6 ਮੰਥਸ ਮੈਨੂੰ ਇੰਟਰਨਸ਼ਿਪ ਮਿਲ ਗਈ ਆਈ ਟੀ 'ਚ ਇੱਥੇ ਮਿਸਟਰ ਜੇ ਸੰਧੂ ਐਂਡ ਵੀ ਟਾਕਡ ਇਹਨਾਂ ਦਾ ਦ ਸੰਧੂ ਫੈਮਲੀ ਦ ਬਿਗੈਸਟ ਥਿੰਗ ਇਜ਼ ਕਿ ਚਾਹੇ ਚੇਅਰਮੈਨ ਨੇ ਮਿਸਟਰ ਜੇਨ ਸੰਧੂ ਚਾਹੇ ਸੀਈਓ ਨੇ ਜਾਂ ਪ੍ਰੈਜ਼ੀਡੈਂਟ ਨੇ ਦੇ ਆਲ ਕਮ ਟੂ ਦ ਪਲਾਂਟ ਸਾਰੇ ਮੈਨੂਫੈਕਚਰਿੰਗ ਪਲਾਂਟਸ 'ਤੇ ਆਉਂਦੇ ਨੇ ਕੋਈ ਨਵਾਂ ਇੰਪਲੋਈ ਦੇਖਦੇ ਨੇ ਅਤੇ ਆਪਦੇ ਆਪ ਨੂੰ ਇੰਟਰੋਡਿਊਸ ਕਰਾਉਂਦੇ ਨੇ ਅਤੇ ਉਹਨਾਂ ਨੂੰ ਪੁੱਛਦੇ ਨੇ ਕਿ ਓਕੇ ਵਟ ਯੂ ਵਾਂਟ ਟੂ ਡੂ ਸੋ ਦੈਟ ਵਾਜ਼ ਦ ਸੇਮ ਐਕਸਪੀਰੀਅੰਸ ਮੇਰਾ ਵੀ ਉਹੀ ਐਕਸਪੀਰੀਅੰਸ ਰਿਹਾ ਮੈਂ ਫਰੰਟ ਡੈਸਕ 'ਤੇ ਸੀ ਅਤੇ ਆ ਇੰਟਰੋਡਕਸ਼ਨ ਹੋਈ ਅਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੁਸੀਂ ਕੀ ਪੜ੍ਹਾਈ ਕਰ ਰਹੇ ਹੋ ਸੋ ਉਦੋਂ ਮੈਂ ਅੰਡਰਗ੍ਰੈਡ ਕਰ ਰਹੀ ਸੀ ਆਈ ਟੀ 'ਚ ਅਤੇ ਫਿਰ ਉਸੇ ਤਰ੍ਹਾਂ ਮੈਨੂੰ ਆਈ ਟੀ 'ਚ ਇੰਟਰਨਸ਼ਿਪ ਦੀ ਇੱਕ ਓਪਰਚੁਨਿਟੀ ਮਿਲੀ ਫੋਰ 4 ਈਅਰਸ ਮੈਂ ਆਈ ਟੀ ਕੀਤਾ ਅਤੇ ਅੰਡਰਗ੍ਰੈਡ ਤੋਂ ਬਾਅਦ ਫਿਰ ਮੈਂ ਆਈ ਅਪਰੋਚ ਦੈਮ ਅਗੈਨ ਮੈਂ ਆਈ ਟੋਲਡ ਦੈਮ ਦੈਟ ਆਈ ਵਾਂਟ ਟ੍ਰਾਈ ਸਮਥਿੰਗ ਐਲਸ ਮੈਂ ਵੀ ਕੋਈ ਹੋਰ ਫੀਲਡ 'ਚ ਮੈਨੂੰ ਲੋਕਾਂ ਨਾਲ ਗੱਲਾਂ ਕਰਕੇ ਉੱਥੇ ਪਲਾਂਟ 'ਚ ਜਾ ਕੇ ਮੈਨੂੰ ਜ਼ਿਆਦਾ ਠੀਕ ਲੱਗਦਾ ਸੋ ਫਿਰ ਮੈਨੂੰ ਏਚ ਆਰ 'ਚ ਇੱਕ ਓਪਰਚੁਨਿਟੀ ਮਿਲੀ ਅਤੇ ਉਹਨਾਂ ਨੇ ਕਿਹਾ ਵੀ ਅਸੀਂ ਓਪਰਚੁਨਿਟੀ ਦੇਵਾਂਗੇ ਉਹਦਾ ਤੁਸੀਂ ਕੀ ਕਰਦੇ ਹੋ ਉੱਥੇ ਕਿੱਥੇ ਤੱਕ ਉਹਨੂੰ ਲੈ ਕੇ ਜਾਂਦੇ ਹੋ ਉਹ ਤੁਹਾਡੇ 'ਤੇ ਹੈ ਸੋ ਐਂਡ ਦੈਟ ਵਾਜ਼ 2011 ਉਦੋਂ ਤੋਂ ਮੈਂ ਏਚ ਆਰ 'ਚ ਕੰਮ ਕਰਨਾ ਸ਼ੁਰੂ ਕੀਤਾ ਸੀ ਐਂਡ ਆਈਵ ਬੀਨ ਲਵਿੰਗ ਇਟ ਅ ਫਿਊ ਈਅਰਸ ਲੇਟਰ ਉਹਨਾਂ ਨੇ ਮੇਰੀ ਮਾਸਟਰ ਸਪੋਂਸਰ ਕੀਤੀ ਸੀ ਏਚ ਆਰ 'ਚ ਈਸਟਰਨ ਮਿਸ਼ੀਗਨ ਯੂਨੀਵਰਸਿਟੀ ਤੋਂ ਅਤੇ ਐਵਰ ਸਿੰਸ ਦੈਟ ਆਈ ਹੈਵਨ ਲੁਕਡ ਬੈਕ ਐਂਡ ਲਵਡ ਐਵਰੀ ਸਟੈਪ ਆਫ ਦ ਵੇ ਸੋ ਜਦ ਮੈਂ NYX ਦੀ ਗੱਲ ਕਰਦਾ ਤਾਂ ਇਹ ਟੈਲੈਂਟ ਨੂੰ ਕਿਵੇਂ ਨਰਚਰ ਕਰਦੀ ਹੈ ਔਰ ਭਾਵੇਂ ਤੁਸੀਂ ਕਿਸੇ ਵੀ ਫੀਲਡ ਦੀ ਪੜ੍ਹਾਈ ਕੀਤੀ ਹੋਵੇ ਤਾਂ NYX ਦੇ ਵਿੱਚ ਉਹ ਕਿਵੇਂ ਅਪਲਾਈ ਕਰ ਸਕਦਾ NYX ਜਿਵੇਂ ਬਹੁਤ ਸਾਰੇ ਹੋਰ ਵੀ ਲੀਡਰਸ ਨੇ ਤੁਹਾਨੂੰ ਦੱਸਿਆ ਕਿ NYX ਸਭ ਤੋਂ ਵੱਡੀ ਗੱਲ ਹੈ ਵੀ ਤੁਹਾਡਾ ਐਟੀਟਿਊਡ ਜੇ ਕੰਮ ਕਰਨ ਦਾ ਐਟੀਟਿਊਡ ਹੈ ਜੇ ਤੁਹਾਨੂੰ ਹੈਗਾ ਕਿ ਮੈਂ ਇੰਜੀਨੀਅਰ ਹਾਂ ਅਤੇ ਮੈਂ ਸਿਰਫ ਡੈਸਕ 'ਤੇ ਬੈਠ ਕੇ ਕੰਮ ਕਰਨਾ ਤਾਂ ਤੁਸੀਂ ਆਪਦੇ ਆਪ ਨੂੰ ਲਿਮਿਟ ਕਰ ਰਹੇ ਹੋ ਉਹਦੇ 'ਚ ਕੰਪਨੀ ਜਾਂ ਕੋਈ ਵੀ ਤੁਹਾਡੀ ਹੈਲਪ ਨਹੀਂ ਕਰ ਸਕਦਾ ਜੇ ਤੁਸੀਂ ਕਹਿ ਰਹੇ ਹੋ ਕਿ ਕੋਈ ਪ੍ਰੋਬਲਮ ਨਹੀਂ ਮੈਨੂੰ ਜੋਬ ਦੇ ਦਿਓ ਅਤੇ ਚਾਹੇ ਫਲੋਰ 'ਤੇ ਹੈ ਚਾਹੇ ਫੋਰਕਲਿਫਟ ਚਲਾਉਣਾ ਚਾਹੇ ਪਾਰਟਸ ਬਣਾਉਣੇ ਨੇ ਆਈ ਐਮ ਰੈਡੀ ਟੂ ਡੂ ਇਟ
I'm ready to show you that I can do this. I think then the doors open. Suddenly, we bahut easy ho janda hai fir tonu kinniyan different fields khul jandiyan ne, opportunities khul jandiyan ne, te more than anything tanu experience mil janda. Thank you so much, Parneet. Tusi apna keemti samaan sanu ditta aur business of the week de vich apni gal sade naal rakhi. Namaste, hoon Hitesh Amin. હું વડોદરા ગુજરાતથી છું અને અત્યારે એનવાયએક્સમાં હું એઝ એ ઓપરેશન્સ મેનેજર કામ કરું છું. વેન આઈ જોઈન્ડ ધીસ કંપની આઈ સ્ટાર્ટેડ એઝ એ પ્રોગ્રામ એન્જિનિયર બેક ઇન 2006 એન્ડ ધેન આઈ ગ્રેજ્યુઅલી મૂવ ટુ ક્વોલિટી એન્જિનિયર ધેન ક્વોલિટી મેનેજર એન્ડ નાવ રાઇટ નાવ આઈ એમ વર્કિંગ એઝ ઓપરેશન્સ મેનેજર ઇન વન ઓફ ધ એનવાયએક્સ પ્લાન્ટ્સ. એનવાયએક્સ is like family. We like to work together. Everybody is very good, mixing nature, helping nature. Especially plant manager is also very helping, and actually he also grew in his career in NYX. So we all saw each other growing in NYX. So it's very good opportunity giving company. I am Mohammed Islam, the chief supervisor of NYX, and since 13 years I am serving here. When I started the NYX, I was just employee. But after 2 weeks, they gave me the promoted, then I should be like a chief supervisor here. Before I was the police officer in Bangladesh. So I joined the NYX, they gave me the good opportunity here. The people are here that are that working for the NYX, they because our Chen Chandu, he's a great man. He always help the people like his side. He always, I never ever see, just talking the people like he is very normal, a plain person. He's a great, yeah. ਤੇ ਕਹਿੰਦੇ ਫਲ ਨੀਵੀਆਂ ਰੁੱਖਾਂ ਨੂੰ ਲੱਗਦੇ ਉੱਚਾ ਹੋ ਕੇ ਮਾਣ ਨਾ ਕਰੀ. ਇਹ ਜਿਹੜਾ ਸੀ ਕਿਊਟ ਹੈ ਹਮੇਸ਼ਾ ਸੁਣਿਆ ਹੈਗਾ ਔਰ ਹਰ ਕੋਈ ਇਹਨੂੰ ਬੋਲਦਾ ਹੋਇਆ ਨਜ਼ਰ ਵੀ ਆਉਂਦਾ. ਔਰ ਜਦ ਗੱਲ ਅਸੀਂ ਇਹਨੂੰ ਨਿੱਜੀ ਜ਼ਿੰਦਗੀ ਦੇ ਵਿੱਚ ਲੈ ਕੇ ਜਾਂਦੇ ਹਾਂ ਔਰ ਜਦ ਇਹਨੂੰ ਅਸੀਂ ਆਪਣੀ ਪਰਸਨਲ ਲਾਈਫ ਦੇ ਵਿੱਚ ਲੈ ਕੇ ਜਾਂਦੇ ਹਾਂ ਤਾਂ ਸਾਨੂੰ ਕਈ ਸਾਰੀ ਸ਼ਖਸੀਅਤਾਂ ਮਿਲਦੀਆਂ ਹਨ ਔਰ ਉਹ ਬਹੁਤ ਹੀ ਵੱਡੇ ਮੁਕਾਮ 'ਤੇ ਪਹੁੰਚੀਆਂ ਹੁੰਦੀਆਂ ਹਨ. ਲੇਕਿਨ ਉਹ ਕਿਵੇਂ ਪਹੁੰਚਦੀਆਂ ਹਨ ਔਰ ਇਸ ਸਿਧਾਂਤ ਨੂੰ ਉਹ ਕਿਵੇਂ ਆਪਣੀ ਪਰਸਨਲ ਜ਼ਿੰਦਗੀ ਦੇ ਵਿੱਚ ਰੱਖਦੀਆਂ ਹਨ ਔਰ ਉਹਨਾਂ ਨੇ ਅਚੀਵ ਕਰਨਾ ਹੁੰਦਾ ਇੱਕ ਟਾਰਗੇਟ, ਉਹਨਾਂ ਦਾ ਇੱਕ ਗੋਲ ਹੁੰਦਾ ਕਿ ਮੈਨੂੰ ਆਹ ਟਾਰਗੇਟ ਅਚੀਵ ਕਰਨਾ. ਬਟ ਇਸ ਫਿਲੋਸਫੀ ਨੂੰ ਉਹ ਜ਼ਿਹਨ ਦੇ ਵਿੱਚ ਰੱਖ ਕੇ ਔਰ ਜ਼ਮੀਨ ਦੇ ਨਾਲ ਜੁੜ ਕੇ ਜਦ ਕੋਈ ਇਨਸਾਨ ਉਹਨਾਂ ਬੁਲੰਦੀਆਂ ਨੂੰ ਛੂੰਦਾ ਤਾਂ ਫਿਰ ਉਹ ਵਾਕਈ ਹੀ ਦੁਨੀਆ ਦੇ ਸਾਹਮਣੇ ਇੱਕ ਰੋਲ ਮਾਡਲ ਬਣਦਾ. ਸੋ ਜਿਵੇਂ ਅੱਜ ਅਸੀਂ ਬਿਜ਼ਨਸ ਆਫ ਦਾ ਵੀਕ ਦੇ ਵਿੱਚ ਤੁਹਾਨੂੰ ਦੱਸ ਰਹੇ ਹਾਂ ਕਿ ਕਿਵੇਂ ਇੱਥੇ ਡਾਇਵਰਸਿਟੀ ਸਾਨੂੰ ਵੇਖਣ ਨੂੰ ਮਿਲਦੀ ਹੈ ਔਰ ਕਿਵੇਂ ਇੱਥੇ ਵੱਖ ਵੱਖ ਮੁਲਕਾਂ ਤੋਂ ਆ ਕੇ ਲੋਕ ਕੰਮ ਕਰਦੇ ਹਨ, ਭਾਵੇਂ ਉਹ ਇੰਡੀਆ ਦੀ ਗੱਲ ਹੋਏ, ਸ਼੍ਰੀਲੰਕਾ ਦੀ ਗੱਲ ਹੋਏ, ਬੰਗਲਾਦੇਸ਼ ਦੀ ਗੱਲ ਹੋਏ, ਸਾਊਥ ਏਸ਼ੀਆ ਇੱਥੇ ਵੇਖਣ ਨੂੰ ਮਿਲਦਾ. ਉਸ ਤੋਂ ਬਾਅਦ ਅਸੀਂ ਅਮੈਰੀਕਾ ਦੀ ਗੱਲ ਕਰ ਲਈਏ ਤਾਂ ਜਿਹੜੇ ਪੜੋਸੀ ਮੁਲਕ ਹਨ ਉੱਥੋਂ ਵੀ ਲੋਕ ਆ ਕੇ ਐਨਵਾਇਕਸ ਕੰਪਨੀ ਦੇ ਵਿੱਚ ਕੰਮ ਕਰਦੇ ਹਨ. ਤਾਂ ਲੱਗਦਾ ਕਿ ਇੱਕ ਛੋਟਾ ਜਿਹਾ ਜਿਹੜਾ ਵਰਲਡ ਹੈ ਉਹ ਇਸ ਕੰਪਨੀ ਦੇ ਵਿੱਚ ਵਸਿਆ ਹੋਇਆ. ਲੇਕਿਨ ਇਹਦੇ ਪਿੱਛੇ ਹੈ ਕੌਣ ਔਰ ਰੋਲ ਮਾਡਲ ਕੌਣ ਹਨ ਐਨਵਾਈਐਕਸ ਦੇ ਜਿਹੜੇ ਇੰਪਲੋਈਜ਼ ਹਨ ਉਹਨਾਂ ਦੇ, ਉਹਨਾਂ ਨਾਲ ਮੈਂ ਤੁਹਾਨੂੰ ਹੁਣ ਮਿਲਵਾਉਣਾ. ਆਈ ਹੈਵ ਮਿਸਟਰ ਜੇ ਸੰਧੂ, CEO ਆਫ ਐਨਵਾਈਐਕਸ, ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ. ਤੁਹਾਡਾ ਬਹੁਤ ਬਹੁਤ ਧੰਨਵਾਦ ਐਂਡ ਬਹੁਤ ਬਹੁਤ ਥੈਂਕ ਯੂ ਫੋਰ ਕਮਿੰਗ ਔਨ ਦਾ ਸ਼ੋਅ ਬਿਜ਼ਨਸ ਆਫ ਦਾ ਵੀਕ. ਸਤਿ ਸ਼੍ਰੀ ਅਕਾਲ ਅਤੇ ਧੰਨਵਾਦ ਤੁਹਾਨੂੰ ਸਹੀ ਇੱਥੇ ਆਇਆ ਐਨਵਾਈਐਕਸ, ਅਤੇ ਸਾਨੂੰ ਬੜੀ ਖੁਸ਼ੀ ਹੈਗੀ ਹੈ ਤੁਹਾਨੂੰ ਆਪਣਾ ਆਪਣੀ ਕੰਪਨੀ ਦਿਖਾਉਣ ਨੂੰ. ਸੋ ਵੈਲਕਮ. ਸੋ ਮਿਸਟਰ ਸੰਧੂ, ਵੀ ਨੋ ਦੈਟ ਯੂ ਨੋ ਯੂ ਗਾਇਸ ਪਰਚੇਜ਼ ਦਿਸ ਕੰਪਨੀ ਇਨ 1989. ਸੋ ਫਰੋਮ 1989, ਨਾਓ ਇਟਸ ਲਾਈਕ 2019, so 30 years I can say of experience so far. How you feel? You're right, it's this year 2019 is our 30th anniversary, so you know 30 years is a big achievement. Whether koi business de vich hoye, koi marriage de vich hoye, jehdi vi koi cheez kiti hai 30 years li, people feel very proud that inni their company itthe hoyegi. How do I feel? Number one cheez, proud, pride. ਅਸੀਂ ਜਦੋਂ ਸ਼ੁਰੂ ਕੀਤੀ ਸੀ ਐਨਵਾਈਐਕਸ, ਮਾਈ ਫਾਦਰ ਉਹਨਾਂ ਦੇ ਆਲਵੇਜ਼ ਡ੍ਰੀਮ ਸੀ ਆਪਣੀ ਕੰਪਨੀ ਸਾਡੀ ਫੈਮਿਲੀ ਕੋਲ ਹੋਏ. ਸੋ ਹੀ ਵਰਕਡ ਫੋਰ GM ਫੋਰ ਕਲੋਜ਼ ਟੂ 20 ਈਅਰਸ, ਦੈਨ ਹੀ ਹੈਡ ਦੀ ਆਪਰਚੁਨਿਟੀ ਇਨ 86 ਟੂ ਲੀਵ GM ਅਤੇ
ਫਿਰ 89 ਸਾਨੂੰ ਆਪਰਚੁਨਿਟੀ ਮਿਲੀ ਟੂ ਪਰਚੇਸ NYX. ਉਦੋਂ ਇਟ ਵਾਸ ਅ ਵੈਰੀ ਡਿਫਰੈਂਟ ਕੰਪਨੀ, ਮਚ ਸਮਾਲਰ, ਸਿਰਫ 2 million ਦੇ ਸੇਲ ਸੀ ਅਤੇ 30 ਇੰਪਲੋਈਜ਼ ਸੀ. Now obviously we're going to be close to 700 million, so there's almost 3400 NYX employees. So there's been a lot of growth in the company in these 30 years. I have just tremendous pride. Mainu pata kinne mehnat naal sade employees ne kam kita. Asi, you know, we didn't do it by ourselves. Eh sari jehdi sadi management team, employees, ਉਹਨਾਂ ਦੀ ਡੈਡੀਕੇਸ਼ਨ, ਉਹਨਾਂ ਦੀ ਹਾਰਡ ਵਰਕ, ਮਿਹਨਤ ਨਾਲ ਅਸੀਂ ਸਕਸੈਸ ਕੀਤਾ. ਐਂਡ ਆਈ ਸਟਿਲ ਰਿਮੈਂਬਰ ਜਿਹੜੇ ਵੀ ਹੈਵ ਇੰਪਲੋਈਜ਼ ਹੂ ਬੀਨ ਵਿਦ ਅਸ ਗੋਇੰਗ ਔਨ 30 ਈਅਰਸ. ਦੈਟ ਵਾਜ਼ ਮਾਈ ਸੈਕਿੰਡ ਕੁਐਸਚਨ ਫੋਰ ਸ਼ੋਰ. ਮੈਂ ਦਰਸ਼ਕਾਂ ਨੂੰ ਇਹ ਜ਼ਰੂਰ ਦੱਸਣਾ ਚਾਹੁੰਦਾ ਕਿ ਜਿਵੇਂ 30 ਸਾਲ ਕੰਪਨੀ ਨੂੰ ਹੋ ਗਏ, ਸੋ 30 ਸਾਲ ਤੋਂ ਹੀ ਜਿਹੜੇ ਇੰਪਲੋਈਜ਼ ਨੇ ਉਹ NYX ਦੇ ਨਾਲ ਜੁੜੇ ਹੋਏ ਹਨ, ਔਰ ਅੱਜ ਵੀ ਜਦ ਅਸੀਂ ਜਾ ਕੇ ਉਹਨਾਂ ਨਾਲ ਗੱਲ ਕਰਦੇ ਹਾਂ ਤਾਂ ਉਹ ਜ਼ਰੂਰ ਕਹਿੰਦੇ ਹਨ ਕਿ ਸਾਨੂੰ ਹਮੇਸ਼ਾ ਡੈਡੀਕੇਸ਼ਨ ਜਿਹੜੀ ਹੈ ਉਹ ਸਾਡੇ CEO ਤੋਂ ਮਿਲਦੀ ਹੈ. ਉਹ ਆ ਕੇ ਹਮੇਸ਼ਾ ਸਾਨੂੰ ਪੁੱਛਦੇ ਹਨ ਕਿ ਤੁਸੀਂ ਕਿਵੇਂ ਹੋ, ਔਰ ਪਰਸਨਲ ਲਾਈਫ ਬਾਰੇ ਜ਼ਿਆਦਾ ਪੁੱਛਦੇ ਹਨ ਕਿ ਤੁਹਾਡੇ ਘਰ ਪਰਿਵਾਰ 'ਚ ਸਭ ਠੀਕ ਹੈ. ਇਹਦਾ ਮਤਲਬ ਕਿ ਇੱਕ ਉਹਨਾਂ ਨੂੰ ਅੰਦਰੋਂ ਦੀ ਭਾਵ ਆਉਂਦਾ ਕਿ ਵੀ ਆਰ ਇਨ ਅ ਰਾਈਟ ਪਲੇਸ ਐਂਡ ਵੀ ਆਰ ਵਰਕਿੰਗ ਅੰਡਰ ਅ ਰਾਈਟ ਲੀਡਰ. ਵੈਲ, ਥੈਂਕ ਯੂ ਵੈਰੀ ਮੱਚ, ਬਟ ਆਈ ਥਿੰਕ ਕ੍ਰੈਡਿਟ ਗੋਜ਼ ਪਹਿਲਾਂ ਮੇਰੇ ਫਾਦਰ ਨੂੰ. ਹੀ ਇਜ਼ ਦਾ true inspiration. Jane shuru kiti, he was his dream to start NYX. Only the dream si, oh, we immigrant hai gaya, main bhi immigrant hai, main Chandigarh jamya si, and he opened the doors to all immigrants. Oh, the inspiration si te assi sare jehde vi country to koi aaya American dream itthe kar sakde ha te welcome. As a matter of fact, ek story hundi si jadon loki airport pahunchde si te ਕਾਫੀ ਉਹ ਜਿਹੜੇ ਟੈਕਸੀ ਡਰਾਈਵਰ ਅਤੇ ਸਭ ਕੁਛ ਪੰਜਾਬੀ ਲੋਕ ਹੈਗੇ ਆ, ਅਤੇ ਉਹਨਾਂ ਨੇ ਜਦੋਂ ਇਮੀਗ੍ਰੈਂਟ ਦੇਖਿਆ ਤਾਂ ਉਹਨਾਂ ਨੇ ਕਿਹਾ ਤੁਸੀਂ ਫਿਕਰ ਨਾ ਕਰੋ, ਇੱਥੇ ਇੱਕ ਕੰਪਨੀ ਹੈਗੀ ਆ, ਤੁਹਾਨੂੰ ਉਹ ਜਾਬ ਦੇ ਦੇਣਗੇ. ਸੋ ਫਸਟ ਐਂਡ ਫੋਰਮੋਸਟ, ਯੂ ਨੋ, ਇਟ ਵਾਜ਼ ਦਾ ਵਿਜ਼ਨ ਜਿਹੜੇ ਮੇਰੇ ਡੈਡ ਦੀ ਹੈਗੀ ਸੀ. ਸੈਕਿੰਡ, ਯੂ ਨੋ, ਟਰੂਲੀ ਇਹ ਅਸੀਂ ਸਾਰੇ ਇਕੱਠਿਆਂ ਨੇ ਕੀਤਾ. ਐਂਡ ਵੈਨ ਯੂ ਸੀ ਇੰਪਲੋਈਜ਼ ਹੈਵ ਬੀਨ ਵਿਦ ਯੂ ਫੋਰ 30 ਈਅਰਸ, ਅਸੀਂ NYX ਇਜ਼ ਪਾਰਟ ਆਫ ਦ ਕਮਿਊਨਿਟੀ ਐਂਡ ਦ ਕਮਿਊਨਿਟੀ ਇਜ਼ ਪਾਰਟ ਆਫ NYX. ਸੋ ਜਿਹੜੇ ਵੀ ਤੁਸੀਂ ਦੇਖੋ, ਆਈ ਡੋਂਟ ਕੰਸਿਡਰ ਦੈਮ ਇੰਪਲੋਈਜ਼, ਆਈ ਕੰਸਿਡਰ ਦੈਮ ਲਿਟਰਲੀ, ਅਸੀਂ ਕਹਿੰਦੇ ਹਾਂ NYX ਫੈਮਿਲੀ. ਅਤੇ ਜਿਹੜੀ ਸਾਡੀ ਪੰਜਾਬੀ ਕਲਚਰ ਹੈਗੀ ਆ, ਜਿਹੜੇ ਤੁਸੀਂ, ਯੂ ਨੋ, ਆਪਣੇ ਐਲਡਰਸ ਨੂੰ ਅੰਕਲ ਆਂਟੀ ਕਹਿੰਦੇ ਆ, ਵੀ ਬਰੋਟ ਦੈਟ, ਯੂ ਨੋ. ਅਤੇ ਸਾਡੇ ਨਾ ਜਸਟ ਮੀ ਬਟ ਆਲ ਆਰ ਯੰਗ ਇੰਪਲੋਈਜ਼, ਜਦੋਂ ਕੋਈ ਬਜ਼ੁਰਗ ਨਾਲ ਗੱਲ ਕਰਦੇ ਆ ਉਹਨੂੰ ਅੰਕਲ ਆਂਟੀ ਕਹਿੰਦੇ ਆ. ਅਤੇ, ਯੂ ਨੋ, ਜਦੋਂ ਓਵਰ ਟਾਈਮ ਦੀ ਜ਼ਰੂਰਤ ਹੁੰਦੀ ਆ, ਅਸੀਂ ਫਿਰ ਓਵਰ ਟਾਈਮ ਕਹਿੰਦੇ ਨਹੀਂ ਤੁਸੀਂ ਕਰਨਾ, ਅਸੀਂ ਪੁੱਛਦੇ ਹਾਂ ਤੁਸੀਂ ਕਰ ਸਕਦੇ ਹਾਂ. ਅਤੇ ਆਈ ਥਿੰਕ ਇਹ ਸਬਟਲ ਡਿਫਰੈਂਸਿਸ ਜਿਹੜੀ ਹੈਗੀਆਂ, ਇਹ ਹਰ ਕੰਪਨੀ 'ਚ ਨਹੀਂ ਹੈਗਾ ਇਹ ਕਲਚਰ, ਬਟ ਇਹ ਸਾਡਾ ਕਲਚਰ ਹੈਗਾ. ਸੋ, ਯੂ ਨੋ, ਇਫ ਯੂ ਲੁੱਕ, ਮੇਰੇ ਕੋਲ ਬਹੁਤ ਪ੍ਰਾਈਡ ਹੈ, ਮੇਰਾ ਬੇਟਾ ਇੱਥੇ ਕੰਮ ਕਰਦਾ, ਉਹ ਵੀ ਫਲੋਰ 'ਤੇ ਸ਼ੁਰੂ ਕੀਤਾ. ਅਤੇ ਜਦੋਂ ਕੋਈ ਵੀ ਇੰਪਲੋਈ ਹੈਗਾ ਜਿਹੜਾ ਉਹਨਾਂ ਨਾਲ ਸੀਨੀਅਰ ਹੈਗਾ, ਜਿਹੜੇ ਸਾਡੇ ਐਲਡਰਲੀ ਇੰਪਲੋਈਜ਼ ਆ ਜਿਨ੍ਹਾਂ ਨੇ ਇੰਨੇ ਸਾਲ ਸਾਡੇ ਨਾਲ ਕੰਮ ਕੀਤਾ, ਉਹ ਸਾਰੇ ਅੰਕਲ ਆਂਟੀ ਆ, ਅਤੇ ਉਹਨੂੰ ਸਾਰੇ ਉਹ ਬੇਟੇ ਕਹਿੰਦੇ ਆ. ਸੋ, ਯੂ ਨੋ, ਆਈ ਥਿੰਕ ਇਹ ਕਲਚਰ ਜਿਹੜੀ ਪਹਿਲਾਂ ਤੋਂ ਹੀ ਅਸੀਂ ਸ਼ੁਰੂ ਕੀਤੀ ਆ, ਦੈਟਸ ਵਨ ਆਫ ਦਾ ਬਿਗੈਸਟ ਐਡਵਾਂਟੇਜਿਸ, ਇਟਸ ਵਨ ਆਫ ਦਾ ਗ੍ਰੇਟੈਸਟ ਸੋਰਸਿਸ ਆਫ ਪ੍ਰਾਈਡ, ਦੈਟ ਅਸੀਂ ਇਕੱਠੇ ਮਿਹਨਤ ਨਾਲ ਕੀਤੀ ਅਤੇ ਇਹ ਕੰਪਨੀ ਬਣਾਈ. ਇਹ ਸਿਰਫ ਸਾਡੀ ਕੰਪਨੀ ਹੈਗੀ, ਸਾਰੇ ਇੰਪਲੋਈਜ਼ ਦੀ ਕੰਪਨੀ ਹੈਗੀ ਆ. ਸਾਡੀ ਨਵੀਂ ਜਿਹੜੀ ਜਨਰੇਸ਼ਨ ਹੈ, ਉਹਨਾਂ ਨੂੰ ਤੁਸੀਂ ਕੀ ਇੱਕ ਸੁਨੇਹਾ ਦੇਣਾ ਚਾਹੋਗੇ? ਕਿਵੇਂ ਤੁਸੀਂ ਉਹਨਾਂ ਨੂੰ ਡੈਡੀਕੇਟ ਕਰੋਗੇ, ਜਾਂ ਫਿਰ ਕਿਵੇਂ ਤੁਸੀਂ ਉਹਨਾਂ ਨੂੰ ਮੋਟੀਵੇਟ ਕਰੋਗੇ ਕਿ ਯੂ ਕੈਨ ਆਲਸੋ ਬੀ ਅ ਲੀਡਰ? ਯਾ, ਇਟਸ ਅ ਗ੍ਰੇਟ ਕੁਐਸਚਨ. ਸਭ ਤੋਂ ਪਹਿਲਾਂ ਗੱਲ, ਲੀਡਰ ਬਣਨ ਨੂੰ ਯੂ ਹੈਵ ਟੂ ਲੀਡ ਬਾਏ ਐਗਜ਼ਾਮਪਲ. ਸੋ ਇਫ ਤੁਸੀਂ ਕਹਿਣਾ ਹਾਰਡ ਵਰਕ ਇਜ਼ ਇੰਪੋਰਟੈਂਟ, ਦੈਨ ਯੂ ਹੈਵ ਟੂ ਸ਼ੋ ਦੈਟ ਹਾਰਡ ਵਰਕ ਇਜ਼ ਬਾਏ ਨਾਟ ਟਾਕਿੰਗ ਅਬਾਊਟ ਬਟ ਬਾਏ ਡੂਇੰਗ ਹਾਰਡ ਵਰਕ. ਅਤੇ ਸਾਡੇ ਜਿਹੜੇ ਵੀ ਯੰਗ ਲੀਡਰਸ ਹੈਗੇ ਆ, ਦੇਵ ਆਲ ਅਰਨ ਦੈਟ ਪੋਜੀਸ਼ਨ. ਉਹਨਾਂ ਨੇ ਆਪਣੀ ਐਫਰਟਸ ਨਾਲ ਦਿਖਾਇਆ ਦੈਟ ਆਈ ਐਮ ਵਿਲਿੰਗ ਟੂ ਡੂ ਦਾ ਵਰਕ, ਐਂਡ ਦੈਟਸ ਦਾ ਫਸਟ ਥਿੰਗ. ਦੈਟ ਇਸਪੈਸ਼ਲੀ ਇਨ ਆਟੋਮੋਟਿਵ ਮੈਨੂਫੈਕਚਰਿੰਗ, ਯੂ ਆਰ ਟਾਈਡ ਟੂ ਦਾ ਪਲਾਂਟ. ਇਹ ਨਹੀਂ ਗੱਲ ਹੈਗੀ ਤੁਸੀਂ ਘਰ ਤੋਂ ਕੰਮ ਕਰ ਸਕਦੇ, ਯੂ ਹੈਡ ਅ ਕੀਬੋਰਡ, ਯੂ ਹੈਵ ਟੂ ਕਮ ਟੂ ਦਾ ਪਲਾਂਟ. ਦੈਟਸ ਵੇਅਰ ਦਾ ਪ੍ਰੋਡਕਟਸ ਮੇਡ. ਉੱਥੇ ਕਈ ਵਾਰੀ ਗਰਮੀ ਹੁੰਦੀ ਆ, ਵਿੰਟਰ, ਆਈ ਮੀਨ ਸਮਰ ਟਾਈਮ ਦੇ ਵਿੱਚ, ਯੂ ਨੋ, ਵਿਦ ਦ ਮਸ਼ੀਨਸ ਰਨਿੰਗ ਐਂਡ ਐਵਰੀਥਿੰਗ, ਇਟਸ ਇਟ ਕੈਨ ਬੀ ਅ ਵੈਰੀ ਅਨਕੰਫਰਟੇਬਲ ਵਰਕ ਐਨਵਾਇਰਮੈਂਟ, ਬਟ ਦੈਟਸ ਵੇਅਰ
the product is made. Second thing, Hegia, I think you have to be dedicated because you enjoy it. If you don't enjoy the company, the work, then it's hard. Then it is work. Then you don't get any satisfaction that I'm doing anything. Third thing, Cheez Hagia, I think, and I see it in our leaders, is that you have to be very open to learn. You don't think that you know when you don't know. You know, sometimes we feel like we have an understanding, but until you sit down with somebody and you truly understand the problem, you don't understand the solution. So ਸਾਡੇ ਜਿਹੜੇ leaders ਹੈਗੇ ਆ, I take great pride, especially our young leaders. ਤੁਸੀਂ ਐਂਡੀ ਨੂੰ ਮਿਲੇ ਆ, ਪ੍ਰਨੀਤ ਨੂੰ ਮਿਲੇ ਆ, you know, Vijay, most of our vice presidents, our directors, they were all from within the company. Not all, but the vast majority. So I see this is another part of our culture that we said from the beginning, we do need to bring talent from the outside, but we want to promote from the inside. So how do you develop leaders? You give them situations where they can lead. And you know, at each level, you have different responsibilities within our organization. And as you prove and put in the time and the hard work, then hopefully you keep moving up the ladder. ਹੁਣ NYX ਦਾ ਅੱਗੇ ਦਾ ਫਿਊਚਰ ਪਲਾਨ ਕੀ ਹੈ, ਕਿਵੇਂ NYX ਜਿਹੜੀ ਹੈ ਗਰੋਥ ਹੋ ਰਹੀ ਹੈ, ਆਓ ਜਾਣਦੇ ਹਾਂ ਇਸ NYX ਕੰਪਨੀ ਦਾ ਫਿਊਚਰ ਗੋਲ ਸਰ. ਸੋ ਸਾਡਾ ਫਿਊਚਰ, you know, we have a strategic plan, obviously, ਉਹਦੇ ਵਿੱਚ revenue goals ਹੈਗੇ ਆ and everything like that. I think our future is bright. You know, there's lots of change occurring in the automotive industry, lots of disruptions, whether electric vehicles, whether it's autonomous vehicles, all of those will be coming down the pipe. But there's no doubt that people are going to have to get from point A to point B, and they get into a car. When they get into a car, there has to be an inside, there has to be a door, there has to be some storage, there has to be seats. Those are our products. And so when we look out in the future, we say, you know, we are going to be necessary for the interior of the vehicle, the products that we make. Some companies in the automotive, if you're in the powertrain or the chassis area, there's a lot of uncertainty on what's going to happen to your future. But the interior of the vehicle is safe. So first of all, from a very top level strategy, we think we're in the right part of the vehicle. We like our footprint, the North American footprint that we have with our 10 plants is well suited to what our customers want. And we're strategic in the parts that they need. So I think as long as we keep up our standards on quality, engineering, cost, then there's going to be a role for NYX as long as there's a role for automotive transportation in America. So I would say the future is bright. As long as we have good leaders and people who continue to come to work and work hard, then we can be successful. ਮੈਨੂੰ ਪਤਾ ਹੈ ਕਿ ਜਿੰਨੇ ਵੀ ਅੱਜ ਲੀਡਰਸ ਇਸ ਮਾਰਕੀਟ ਦੇ ਵਿੱਚ ਵੱਖ ਵੱਖ ਕੰਪਨੀਜ਼ ਦੇ ਨਾਲ ਕੰਮ ਕਰ ਰਹੇ ਨੇ, ਅਤੇ ਉਹਨਾਂ ਨੇ ਹਮੇਸ਼ਾ ਆਪਣੀ ਓਨੈਸਟੀ ਦਿਖਾਈ ਹੁੰਦੀ ਹੈ, ਡੈਡੀਕੇਸ਼ਨ ਦਿਖਾਈ ਹੁੰਦੀ ਹੈ, ਆਪਣਾ ਹਾਰਡ ਵਰਕ ਦਿਖਾਇਆ ਹੁੰਦਾ, ਅਤੇ ਅੱਜ ਉਹ ਇੱਕ ਮੁਕਾਮ ਦੇ ਉੱਤੇ ਪਹੁੰਚਦੇ ਹਨ. ਲੇਕਿਨ ਜਿਵੇਂ ਅਸੀਂ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਇੱਕ ਮੁਕਾਮ ਦੇ ਉੱਤੇ ਪਹੁੰਚਦੇ ਹਾਂ, ਤਾਂ ਕਿਵੇਂ ਅਸੀਂ ਆਪਣੀ ਸੋਸ਼ਲ ਲਾਈਫ ਦੇ ਵਿੱਚ, ਆਪਣੀ ਫੈਮਿਲੀ ਲਾਈਫ ਦੇ ਵਿੱਚ ਵੀ ਇੱਕ ਮੁਕਾਮ 'ਤੇ ਸਾਨੂੰ ਪਹੁੰਚਣਾ ਹੁੰਦਾ, ਕਿਉਂਕਿ ਸਾਨੂੰ ਲਾਈਫ ਨੂੰ ਬੈਲੈਂਸ ਕਰਨਾ ਹੁੰਦਾ. ਸੋ ਵੀ ਹੈਵ ਸੀਨ ਦੀ ਬੈਲੈਂਸ ਲਾਈਫ ਸੰਧੂ ਫੈਮਿਲੀ, ਐਂਡ ਔਨ ਟੋਪ ਆਫ ਦੈਟ ਮਿਸਟਰ ਜੇ ਸੰਧੂ, ਜੋ ਕਿ ਕਮਿਊਨਿਟੀ ਦੇ ਵਿੱਚ ਵੀ ਵਿਚਰਦੇ ਹਨ, ਔਰ ਕੰਪਨੀ ਦੇ ਵਿੱਚ ਅੱਜ ਉਹਨਾਂ ਨੇ ਇੱਕ ਮੁਕਾਮ ਜਿਹੜਾ ਉਹ ਸਾਰੇ ਲੀਡਰਸ ਨੂੰ ਕ੍ਰੀਏਟ ਕਰਕੇ ਦਿੱਤਾ ਹੈ. ਅੱਜ ਜਿਹੜੇ ਵੀ ਇੰਪਲੋਈਜ਼ ਇੱਥੇ ਪ੍ਰੈਜ਼ੀਡੈਂਟ ਬਣੇ ਨੇ ਜਾਂ ਫਿਰ ਵੱਡੇ ਵੱਡੇ ਮੁਕਾਮ 'ਤੇ ਪਹੁੰਚੇ ਹਨ, ਅਤੇ ਉਹ ਬੈਲੈਂਸ ਲਾਈਫ ਰੱਖਣੀ ਲਾਈਫ ਦੇ ਵਿੱਚ ਕਿੰਨੀ ਜ਼ਰੂਰੀ ਹੈ, ਐਂਡ ਹਾਓ ਮਿਸਟਰ ਜੇ ਸੰਧੂ ਬੈਲੈਂਸ ਇਜ਼ ਲਾਈਫ. Well, you know, for me, I'm on the later side of my management career. I'm probably moving more to the board level, less in the day-to-day. But I think that answer is an individual answer for each person. You know, you, outside of work, you have to find things that give you pleasure, whether it's time with your family, whether it's reading, golfing. I like all of those things. Travel.
you have to find whatever balance there is. And it's hard because work takes a considerable amount of time, and then if you have children and family and going to school and things like that. So I think the balance is what your own heart and mind tells you it is. And if your own mind and body will tell you if you're not balanced, right? Like if you're too much at work or not, you're stressed, your body sends you the signals that this is not feeling right, right? And when you're content and happy at home and you're not thinking about work, that's what I think is when you have the other time. You need that time. You can't be thinking about work 24/7 all the time. You need the time away to break and to appreciate what work allows you to have. So, at the last, I want to ask you three things, the three things, if they want to be a part of NYX. And an individual. If they want to be part of an NYX, that's not a very hard question, because I look at the people that we have. You know, as I said earlier, one, you have to be willing to work hard. Two, you have to have integrity. You know, we take great pride that we do things the right way all the time. And three, you have to be willing to learn. And if you're willing to do those, if you have those three characteristics, then you'll be perfect match for NYX. So, ten level to see vekhe jo ki NYX de vich dekh ke tusi apna future soch rahe ho, and if you want to be a part of NYX, then you have to just think for these three things as said by CEO of NYX. Jekar hun tusi apni life de vich jo bhi targets nu achieve karna chahunde ho aur jo bhi thoda goal hai ga, so definitely you can, because of the example aj sade naal is interview de vich tusi vekh sakde ho ki kivein unhone apni mehnat, dedication aur apni lagan de sadka aj ik maqam nu hasil kita. Kehnde hai ki jad ik insaan aur ik individual jad koi cheez sochda hai to ohde naal kai sari families jehdi hai oh grow kardi hai. ਅੱਜ ਉਹਦਾ ਐਗਜ਼ਾਮਪਲ ਸਾਨੂੰ NYX ਦੇ ਵਿੱਚ ਵੇਖਣ ਨੂੰ ਮਿਲ ਰਿਹਾ। ਮੈਂ ਬਹੁਤ ਬਹੁਤ ਥੈਂਕ ਯੂ ਕਹਿਣਾ ਚਾਹਾਂਗਾ ਮਿਸਟਰ ਸੰਧੂ ਦਾ, ਜਿਨ੍ਹਾਂ ਨੇ ਸਾਨੂੰ ਆਪਣਾ ਕੀਮਤੀ ਸਮਾਂ ਦੇ ਕੇ ਇਸ ਇੰਟਰਵਿਊ ਦੇ ਵਿੱਚ ਆਪਣੀ ਹਾਜ਼ਰੀ ਭਰੀ। ਥੈਂਕ ਯੂ ਸੋ ਮਚ ਮਿਸਟਰ ਸੰਧੂ ਫੋਰ ਯੂਰ ਪੀਸ਼ੀਅਸ ਟਾਈਮ। ਸੋ ਇਹ ਸੀਗੀ NYX ਕੰਪਨੀ ਦੀ ਹਿਸਟਰੀ ਔਰ NYX ਕੰਪਨੀ ਦੇ ਫਿਊਚਰ ਗੋਲਸ ਜੋ ਕਿ ਸਾਨੂੰ ਦੱਸੇ ਕੰਪਨੀ ਦੇ CEO ਜੇ ਸੰਧੂ ਹੋਰਾਂ ਨੇ। ਅਤੇ ਨੈਕਸਟ ਵੀਕ ਅਸੀਂ ਤੁਹਾਨੂੰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ ਔਰ ਕਰਾਂਗੇ ਨਏ ਬਿਜ਼ਨਸ ਦੀ ਛਾਨਬੀਨ ਔਰ ਮਿਲਵਾਵਾਂਗੇ ਕਿਸੇ ਨਵੇਂ ਬਿਜ਼ਨਸ ਐਂਟਰਪ੍ਰੀਨਰ ਦੇ ਨਾਲ ਜੋ ਕਿ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀ ਧਰਤੀ ਦੇ ਉੱਤੇ ਹੋ ਰਹੇ ਹਨ ਕਾਮਯਾਬ। ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਅਸੀਂ ਵੀ ਤੁਹਾਡੇ ਸ਼ਹਿਰ ਆਈਏ ਔਰ ਤੁਹਾਡੇ ਬਿਜ਼ਨਸ ਬਾਰੇ ਅਸੀਂ ਦੱਸੀਏ ਵਰਲਡ ਵਾਈਡ, ਤਾਂ ਅਸੀਂ ਜ਼ਰੂਰ ਆਵਾਂਗੇ। ਤੁਸੀਂ ਮੈਨੂੰ ਮੇਲ ਕਰ ਸਕਦੇ ਹੋ harkeerat@justbroadcasting.com, info@justbroadcasting.com, ਔਰ ਅਸੀਂ ਵੀ ਆ ਕੇ ਖੜਾਂਗੇ ਤੁਹਾਡੇ ਨਾਲ ਇਹੀ ਹਰਮਨ ਪਿਆਰਾ ਪ੍ਰੋਗਰਾਮ ਬਿਜ਼ਨਸ ਆਫ ਦ ਵੀਕ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।